ਸਟੈਨੋ ਟਾਈਪਿਸ ਦੀਆਂ 65 ਪੋਸਟਾਂ ਦਾ ਇਸ਼ਤਿਹਾਰ ਜਾਰੀ ਕੀਤਾ ਜਾ ਚੁੱਕਿਆ। ਤੁਸੀਂ ਫਾਰਮ ਸਾਰਿਆਂ ਨੇ ਭਰ ਲਏ ਹੋਣਗੇ। ਬਹੁਤ ਬੱਚੇ ਕਮੈਂਟ ਕਰਦੇ ਵੀ ਇਹ ਪੋਸਟਾਂ ਬਹੁਤ ਘੱਟ ਆ, ਸਾਡਾ ਨੰਬਰ ਆਊਗਾ ਕਿ ਨਹੀਂ ਆਊਗਾ। ਤੁਸੀਂ ਬਸ ਆਪਦੀ ਇੱਕ ਪੋਸਟ 'ਤੇ ਫੋਕਸ ਰੱਖਣਾ ਆ। ਤੁਸੀਂ ਇਹ ਦੇਖਦੇ 65 ਪੋਸਟਾਂ, ਤੁਸੀਂ ਮੰਨ ਕੇ ਚਲੋ ਇੱਕ ਹੀ ਪੋਸਟ ਆ ਅਤੇ ਇੱਕ ਪੋਸਟ ਉਹ ਤੁਹਾਡੀ ਆ, ਉਹਦੇ ਲਈ ਤੁਹਾਨੂੰ ਤਿਆਰੀ ਕਰਨੀ ਪੈਣੀ ਆ ਅਤੇ ਅੱਜ ਤੋਂ ਹੀ ਤਿਆਰੀ ਕਰਨੀ ਪੈਣੀ ਆ। ਸਰਕਾਰ ਬਹੁਤ ਫਾਸਟ ਚੱਲਦੀ ਪਈ ਆ, ਹੋ ਸਕਦਾ ਤੁਹਾਡਾ ਅਗਲੇ ਮਹੀਨੇ ਰਿਟਨ ਟੈਸਟ ਤੁਹਾਡਾ ਪੰਜਾਬੀ ਵਾਲਾ ਹੋ ਜਾਵੇ। ਪੱਕਾ ਨਹੀਂ ਕਹਿ ਸਕਦੇ ਪਰ ਉਮੀਦ ਹੈ ਕਿ ਤੁਹਾਡਾ ਪੇਪਰ ਅਗਲੇ ਮਹੀਨੇ ਰਿਟਨ ਦਾ ਹੋ ਜਾਣਾ ਹੈ ਅਤੇ ਤਿਆਰੀ ਤੁਸੀਂ ਹੁਣੇ ਤੋਂ ਸਟਾਰਟ ਕਰ ਦੇਣੀ ਹੈ। ਕੰਪਟੀਸ਼ਨ ਬਹੁਤ ਹੋਏਗਾ, ਜਿਹੜੇ ਬੱਚੇ ਰਿਟਨ 'ਚ ਪਿਛਲੀ ਵਾਰੀ ਫੇਲ ਹੋ ਗਏ ਸੀ, 5000 ਬੱਚਾ, ਅਤੇ ਜਿਹੜਾ ਹੁਣ ਬੱਚੇ ਰਹਿ ਗਏ ਆ ਪੇਪਰ ਦੇ ਵਿੱਚੋਂ 3000 ਦੇ ਕਰੀਬ, ਉਹ ਵੀ ਇਸ ਕੰਪਟੀਸ਼ਨ ਦੇ ਵਿੱਚ ਆਉਣਗੇ। ਇਸ 65 ਪੋਸਟਾਂ ਵਾਸਤੇ 8000 ਬੰਦੇ ਨੇ ਫੇਰ ਦੁਬਾਰਾ ਕੰਪੀਟ ਕਰਨਾ ਆ ਅਤੇ ਨਵੇਂ ਬੱਚੇ ਵੀ ਉਸ ਤੋਂ ਬਾਅਦ ਵੀ ਆਏ ਹੋਣਗੇ ਸਾਲ ਦੇ ਵਿੱਚ ਨਵੀਂ, ਜਿਨ੍ਹਾਂ ਨੇ ਤਿਆਰੀ ਸਟਾਰਟ ਕੀਤੀ ਆ ਜਾਂ ਸ਼ੋਰਟ ਹੈਂਡ ਨਵੀਂ ਸਟਾਰਟ ਕੀਤੀ ਆ। ਪਰ ਤੁਸੀਂ ਪੇਪਰ ਦੇ ਚੁੱਕੇ ਹੋ, ਤੁਹਾਨੂੰ ਐਕਸਪੀਰੀਅੰਸ ਮਿਲ ਚੁੱਕਿਆ ਆ, ਤੁਸੀਂ ਹਮੇਸ਼ਾ ਉਹਨਾਂ ਬੱਚਿਆਂ ਨੂੰ ਅੱਗੇ ਰਹੋਗੇ ਜਿਹੜੇ ਬੱਚੇ ਹੁਣ ਤਿਆਰੀ ਕਰਦੇ ਪਏ ਆ ਜਾਂ ਤੁਸੀਂ ਹੁਣੇ ਤੋਂ ਤਿਆਰੀ ਸਟਾਰਟ ਕਰ ਦੋਗੇ। ਬਹੁਤ ਬੱਚੇ ਵੇਟ ਕਰਦੇ ਪਏ ਆ ਕਾਉਂਸਲਿੰਗ ਹੋ ਜਾਵੇ, ਉਦੋਂ ਬਾਅਦ ਤਿਆਰੀ ਸਟਾਰਟ ਕਰਨ। ਜਿਹਨਾਂ ਬੱਚਿਆਂ ਨੂੰ ਲੱਗਦਾ ਵੀ ਸਾਡਾ ਨੰਬਰ ਨਹੀਂ ਆ ਰਿਹਾ, ਉਹ ਆਪਦੀ ਤਿਆਰੀ ਕਰਨਾ, ਰਿਟਨ ਦੀ ਤਿਆਰੀ ਕਰਨੀ ਪੈਣੀ। ਬੱਚੇ ਪਿਛਲੀ ਵਾਰੀ ਲਾਈਟਲੀ ਲੈ ਗਏ ਅਤੇ ਬੱਚੇ ਬਹੁਤ ਫੇਲ ਹੋਏ। ਪਹਿਲੀ ਵਾਰੀ ਪੇਪਰ ਹੋਇਆ ਸੀ ਅਤੇ ਪਹਿਲਾ ਪੇਪਰ ਵੀ ਆਪਣਾ ਹੀ ਸੀਗਾ, ਉਸ ਕਰਕੇ ਬੱਚਿਆਂ ਨੂੰ ਨੁਕਸਾਨ ਹੋਇਆ ਅਤੇ ਉਹਨਾਂ ਦਾ ਜਿਹੜੇ ਪਿਛਲੇ ਟਾਈਮ ਤੋਂ 5 ਸਾਲ ਤੋਂ ਸਟੈਨੋ ਕਰਦੇ ਆ ਰਹੇ ਸੀ, ਉਹਨਾਂ ਨੁਕਸਾਨ ਹੋਇਆ ਵੀ ਟਾਈਮ ਖਰਾਬ ਹੋਇਆ, ਵੀ ਉਹ ਪਾਸ ਨਹੀਂ ਕਰ ਸਕੇ, ਪੇਪਰ ਵਿੱਚ ਵੀ ਨਹੀਂ ਬੈਠ ਸਕੇ। ਪਰ ਬੱਚੇ ਹੁਣ ਤੁਸੀਂ ਪੇਪਰ ਦੇ ਚੁੱਕੇ ਹੋ, ਐਕਸਪੀਰੀਅੰਸ ਤੁਹਾਨੂੰ ਮਿਲ ਗਿਆ, ਰਿਟਨ ਦਾ ਵੀ ਐਕਸਪੀਰੀਅੰਸ ਹੈਗਾ, ਸ਼ਾਰਟ ਫਾਰਮ ਵਾਲੇ ਪੇਪਰ ਦਾ ਐਕਸਪੀਰੀਅੰਸ ਤੁਹਾਨੂੰ ਹੋਏਗਾ। ਤੁਸੀਂ ਤਿਆਰੀ ਹੁਣੇ ਤੋਂ ਸਟਾਰਟ ਕਰ ਦੇਣੀ ਆ, ਬਸ ਆਪਦੀ ਇੱਕ ਪੋਸਟ, ਜਿੰਨੀਆਂ ਮਰਜ਼ੀ ਆ ਜਾਣ, ਭਾਵੇਂ 1000 ਪੋਸਟਾਂ ਵੀ ਆ ਜਾਣ, ਤਾਂ ਵੀ ਤੁਹਾਡੀ ਇੱਕ ਹੀ ਤੁਹਾਨੂੰ ਮਿਲਣੀ ਆ, ਤੁਸੀਂ ਉਸੇ ਇੱਕ 'ਤੇ ਫੋਕਸ ਕਰਨਾ ਆ। ਰਿਜ਼ਲਟ ਤੁਸੀਂ ਦੇਖ ਲਿਆ, ਜਿੱਥੇ ਤੁਹਾਡਾ ਰਿਜ਼ਲਟ ਹੋਣ ਆਇਆ ਤੁਸੀਂ ਉਦੋਂ ਅੱਗੇ ਨਿਕਲਣਾ, ਉਦੋਂ ਅੱਗੇ ਆਪਣੀ ਗਲਤੀਆਂ ਨੂੰ ਘਟਾਉਣਾ ਆ। ਜਿਹੜੀਆਂ ਗਲਤੀਆਂ ਤੁਹਾਡੀਆਂ ਹੈਗੀਆਂ ਆ ਉਹ ਤੁਸੀਂ ਆਰ ਟੇਪ ਕੇ ਪੇਪਰ ਤੱਕ ਕਢਾ ਲੈਣਾ, ਤੁਹਾਨੂੰ ਪਤਾ ਲੱਗ ਜੂ ਤੁਹਾਡੀ ਗਲਤੀ ਕਿੱਥੇ ਹੋਈ ਆ। ਰਿਟਨ ਦੇ ਪੇਪਰ ਦੀ ਤਿਆਰੀ ਕਰਵਾਉਣ ਵਾਲੇ ਪੰਜਾਬੀ ਵਾਲੇ ਬਹੁਤ ਯੂਟਿਊਬ ਚੈਨਲ ਹੈਗੇ, ਉਹ ਤੁਸੀਂ ਫੋਲੋ ਕਰ ਸਕਦੇ ਹੋ, ਅਤੇ ਜਾਂ ਤੁਸੀਂ 8ਵੀਂ 9ਵੀਂ 10ਵੀਂ ਦੀਆਂ ਜਿਹੜੀਆਂ ਕਿਤਾਬਾਂ ਹੈਗੀਆਂ, ਪੰਜਾਬੀ ਦੀਆਂ, ਵਿਆਕਰਨ ਦੀਆਂ, ਹਿਸਟਰੀ ਦੀਆਂ, ਹਿਸਟਰੀ ਪੜ੍ਹਨੀ ਪੈਣੀ, ਗੁਰੂਆਂ ਬਾਰੇ ਜਾਣਨਾ ਪੈਣਾ ਆ, ਬਹੁਤ ਵਿਸ਼ਾਲ ਸਿਲੇਬਸ ਹੈਗਾ। ਟਾਈਮ ਹੁਣੇ ਤੋਂ ਹੀ ਤੁਹਾਨੂੰ ਸਟਾਰਟ ਕਰਨਾ ਪੈਣਾ, ਟਾਈਮ ਘੱਟ ਆ। ਅਤੇ ਸ਼ੋਰਟ ਹੈਂਡ ਤਿਆਰੀ ਅਸੀਂ ਕਰਵਾ ਹੀ ਰਹੇ ਇਸ ਯੂਟਿਊਬ ਚੈਨਲ 'ਤੇ ਡੇਲੀ, ਅਸੀਂ ਹਰੇਕ ਬੁੱਕਸ ਦੀ, ਅਸੀਂ ਤਾਂ ਪਹਿਲਾ ਮਹੀਨਾ ਪਹਿਲਾਂ ਹੀ ਸਟਾਰਟ ਕਰਤਾ ਸੀ ਕੰਮ, ਸਾਡੇ ਬੱਚੇ ਜਿਹੜੇ ਲੱਗਦਾ ਸੀ ਨਹੀਂ ਵਿੱਚ ਆਉਣਗੇ ਉਹ ਤਿਆਰੀ ਕਰਦੇ ਪਏ ਆ, ਅਤੇ ਨਵੇਂ ਬੱਚੇ ਵੀ ਆ ਰਹੇ ਆ ਕਰਦੇ ਪਏ ਆ। ਬੁੱਕਸ ਬਹੁਤ ਕਰ ਚੁੱਕੇ ਹਾਂ, ਬੁੱਕਸ ਕੰਪਲੀਟ ਕਰ ਰਹੇ ਹਾਂ, ਅਤੇ 3 ਬੁੱਕਸ ਹੁਣ ਵੀ ਚੱਲਦੀ ਪਰ ਡੇਲੀ ਅਪਲੋਡ ਡਿਕਟੇਸ਼ਨ ਹੋ ਰਹੀ ਆ, ਉਹਨੂੰ ਫੋਲੋ ਕਰੋ। ਇਸ ਯੂਟਿਊਬ ਚੈਨਲ ਦੀ ਪਲੇਲਿਸਟ ਚੈੱਕ ਕਰੋਗੇ, ਤੁਹਾਨੂੰ ਸਾਰੀਆਂ ਇੱਥੋਂ ਕਿਤਾਬਾਂ ਦੀ ਡਿਕਟੇਸ਼ਨ ਮਿਲ ਜਾਣੀਆਂ, ਆਊਟਲਾਈਨ ਮਿਲ ਜਾਣੀਆਂ, ਕਿਸੇ ਵੀ ਤਰ੍ਹਾਂ ਦਾ ਕੋਈ ਡਾਊਟ ਤੁਹਾਨੂੰ ਹੈਗਾ ਸ਼ੋਰਟਨ ਦੇ ਵਿੱਚ ਤੁਹਾਨੂੰ ਇਸ ਯੂਟਿਊਬ ਚੈਨਲ 'ਤੇ ਮਿਲ ਜਾਣਾ ਆ। ਅਤੇ ਜਿਹੜੀ ਕੋਈ ਬੁੱਕਸ ਤੁਹਾਨੂੰ ਚਾਹੀਦੀ ਹੈਗੀ ਜਦੋਂ ਮਰਜ਼ੀ ਮੇਰੇ ਵਟਸਐਪ ਨੂੰ 'ਤੇ ਮੈਸੇਜ ਕਰਕੇ ਉਹ ਬੁੱਕਸ ਨੂੰ ਮੰਗਵਾ ਲੈ ਸਕਦੇ ਹੋ। ਪੀਡੀਐਫ ਫਾਈਲ ਨੂੰ ਮੰਗਵਾਓ ਅਤੇ ਉਹਨੂੰ ਪ੍ਰਿੰਟ ਕਰਵਾਓ, ਅਤੇ ਆਪਦੀ ਸ਼ੋਰਟਨ ਡਿਕਟੇਸ਼ਨ ਜਿਹੜੀ ਹੈਗੀ ਉਸ ਚੈਨਲ 'ਤੇ ਹੈਗੀ, ਉੱਥੋਂ ਕਰਦੇ ਜਾਓ। ਜਿਹੜੀ ਨਵੀਆਂ ਲੇਟੈਸਟ, ਇਸ ਤੋਂ ਇਲਾਵਾ ਕੁਛ ਬੁੱਕਸ ਰਹਿੰਦੀਆਂ, ਉਹ ਡੇਲੀ ਹੀ ਅਪਲੋਡ ਕਰਾਂਗੇ। ਬੁੱਕਸ ਹੋਣ ਤੋਂ ਬਾਅਦ ਫਿਰ ਅਖਬਾਰ, ਜੋ ਕੁਛ ਵੀ ਅੱਗੇ ਮਟੀਰੀਅਲ ਮਿਲਦਾ ਇਸ ਯੂਟਿਊਬ ਚੈਨਲ 'ਤੇ ਅਪਲੋਡ ਹੁੰਦਾ ਰਹਿਣਾ, ਜਿਹੜੇ ਆਪਣੇ ਵਟਸਐਪ ਗਰੁੱਪ ਚੱਲਦੇ ਉਹਨਾਂ ਵਿੱਚ ਉਹ ਸ਼ੇਅਰ ਕਰਦੇ ਰਹਾਂਗੇ। ਇਸ ਕਰਕੇ ਤਿਆਰੀ ਤਾਂ ਹੁਣੇ ਤੋਂ ਸਟਾਰਟ ਕਰ ਦੇਣੀ ਆ, ਅਤੇ ਬਸ ਆਪਦੀ ਇੱਕ ਪੋਸਟ 'ਤੇ ਹੀ ਫੋਕਸ ਰੱਖਣਾ ਆ। ਜਿਹੜੀਆਂ ਗਲਤੀਆਂ ਤੁਹਾਡੀਆਂ ਆ ਚੁੱਕੀਆਂ, ਬਸ ਉਹਨੂੰ ਹੋਰ ਘਟਾਉਣਾ ਆ। ਜਿਹੜੀ ਤੁਹਾਡੀਆਂ ਕੋਈ ਕਮੀਆਂ ਸੀਗੀਆਂ, ਪਹਿਲਾਂ ਹੀ ਬੱਚੇ ਲੰਬੇ ਟਾਈਮ ਤੋਂ ਕਰਦੇ ਆ ਰਹੇ ਸੀ, ਪਰ ਪੇਪਰ ਤੋਂ ਥੋੜ੍ਹੇ ਟਾਈਮ ਪਹਿਲਾਂ ਉਹ ਸ਼ੋਰਟਨ ਛੱਡ ਚੁੱਕੇ ਸੀ, ਜਦੋਂ ਡੇਟ ਮੌਕੇ 'ਤੇ ਆ ਕੇ ਫਿਰ ਭੱਜੇ ਅਤੇ ਉਸ ਹਿਸਾਬ ਨਾਲ ਤਿਆਰੀ ਉਹਨਾਂ ਦੀ ਨਹੀਂ ਹੋ ਸਕੀ। ਇਸ ਕਰਕੇ ਤਿਆਰੀ ਆਪਦੀ ਹੁਣੇ ਤੋਂ ਸਟਾਰਟ ਕਰ ਦਿਓ, ਕੰਪਟੀਸ਼ਨ ਹੋਣਾ ਹੀ ਹੋਣਾ ਆ। ਕੰਪਟੀਸ਼ਨ ਨਾਲ ਹੀ ਮਜ਼ਾ ਹੀ ਫੇਰ ਆਊਗੀ, ਜੋਬ ਮਿਲਣ ਦਾ ਸੌਖਾ, ਈਜ਼ੀ ਕੰਮ, ਜੋਬ ਮਿਲ ਜਾਵੇ ਫਿਰ ਜੋਬ ਲੈਣ ਦਾ ਫਾਇਦਾ ਵੀ ਕੋਈ ਨਹੀਂ, ਮਜ਼ਾ ਵੀ ਕੋਈ ਨਹੀਂ ਹੈਗਾ। ਆਪਦੀ ਤਿਆਰੀ ਹੁਣੇ ਤੋਂ ਸਟਾਰਟ ਕਰ ਦਿਓ, ਬਸ ਆਪਦੀ ਇੱਕ ਪੋਸਟ 'ਤੇ ਧਿਆਨ ਰੱਖਣਾ। ਪੋਸਟ ਨੂੰ ਵਧਣ ਭਾਵੇਂ ਨਾ ਵਧਣ, ਵੱਧ ਸਕਦੀਆਂ ਹੈਗੀਆਂ, ਪਰ ਤੁਸੀਂ ਆਪਦੀ ਇੱਕ ਪੋਸਟ ਵਾਸਤੇ ਜ਼ੋਰ ਲਾਉਣਾ ਹੈ, ਠੀਕ ਹੈ। ਬਹੁਤ ਬੱਚੇ ਹੁਣ ਇਸ ਲਈ ਹੋਏ ਬੈਠੇ ਆ ਵੀ ਹੁਣ ਰਿਜ਼ਲਟ ਆਊਗਾ, ਜੁਆਇਨਿੰਗ ਹੋਊ, ਉਦੋਂ ਵੇਖਾਂਗੇ ਸਾਡਾ ਟਾਈਮ ਆਉਂਦਾ ਕਿ ਨਹੀਂ ਆਉਂਦਾ। ਹਰੇਕ ਬੰਦਾ ਆਪਦਾ ਮੈਜ਼ਰਮੈਂਟ ਕਰ ਚੁੱਕਿਆ, ਆਪਦੀ ਗਲਤੀ ਚੈੱਕ ਕਰ ਚੁੱਕਿਆ, ਉਹਦੇ ਅਕੋਰਡਿੰਗ ਤੁਸੀਂ ਆਪਦੀ ਤਿਆਰੀ ਹੁਣੇ ਤੋਂ ਕਰ ਦੇਣੀ ਹੈ, ਠੀਕ ਹੈ। ਥੈਂਕ ਯੂ।